हाँ जी, सत श्री अकाल दोस्तों, तुहाडा स्वागत है जी साडे YouTube चैनल हरीका जॉब अलर्ट उत्ते। मैं तुहाडा होस्ट अते दोस्त दिलप्रीत सिंह तुहाडा स्वागत करदा दोस्तों साडे YouTube चैनल हरीका जॉब अलर्ट ते। ते दोस्तों हाले तक जे तुसी साडे चैनल नू सबसक्राइब नहीं कीता, सब तो पहला चैनल नू सबसक्राइब कर लो दोस्तों। नवीं हर नवी अपडेट्स दे लई, सरकारी नौकरी दे लई, स्टडी मटीरियल दे लई असी तुहाडे तक इनफॉर्मेशन लैके आउंदे रहिंदे आ। ते वीडियो नू लाइक शेयर कमेंट जरूर करिया करो, चैनल नू सबसक्राइब करो, बैल आइकन दबा लो दोस्तों। ते अज तुहाडे लई बहुत ही उमदा, बहुत ही जिहड़ी मोस्ट अवेटिंग इनफॉर्मेशन सीगी ते उह लैके आए आ दोस्तों। पटियाला डिस्ट्रिक्ट दे विच पटियाला मगनरेगा दी रिक्रूटमेंट आई सी दोस्तों पिछे, ते काफ़ी कैंडीडेट्स ने फॉर्म फिल किए सी दोस्तों। ਤਾਂ ਜਿਹੜੇ ਜਿਹੜੇ ਕੈਂਡੀਡੇਟਸ ਨੇ ਫਾਰਮ ਫਿਲ ਕੀਤੇ ਸੀਗੇ ਉਹਨਾਂ ਦੀਆਂ ਲਿਸਟਾਂ ਆ ਚੁੱਕੀਆਂ ਨੇ ਦੋਸਤੋ। ਆਫੀਸ਼ੀਅਲ ਵੈਬਸਾਈਟ patiala.nic.in ਤੇ ਤੁਸੀਂ ਚੈੱਕ ਕਰ ਸਕਦੇ ਹੋ। ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾਓ ਤੇ ਉੱਥੇ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ। ਸਭ ਤੋਂ ਪਹਿਲਾਂ ਇਹ ਲਿੰਕ ਮਿਲੇਗਾ ਤੁਹਾਨੂੰ ਉੱਥੇ ਦੋਸਤੋ, ਆਫੀਸ਼ੀਅਲ ਵੈਬਸਾਈਟ ਆ ਜਿਹੜੀ ਪਟਿਆਲਾ ਦੀ। ਇੱਥੇ ਜਾ ਕੇ ਤੁਸੀਂ ਇਕੱਲੀ ਇਕੱਲੀ ਲਿਸਟ ਚੈੱਕ ਕਰ ਸਕਦੇ ਹੋ, ਲਿਸਟ ਆਫ ਗ੍ਰਾਮ ਰੋਜ਼ਗਾਰ ਸਹਾਇਕ, ਲਿਸਟ ਆਫ ਡਾਟਾ ਐਂਟਰੀ ਓਪਰੇਟਰ, ਲਿਸਟ ਆਫ ਆਫਿਸ ਅਸਿਸਟੈਂਟ, ਲਿਸਟ ਆਫ ਕੋਆਰਡੀਨੇਟਰ, ਸੋਸ਼ਲ ਆਡਿਟ, ਲਿਸਟ ਆਫ ਅਕਾਊਂਟਸ ਮੈਨੇਜਰ। ਠੀਕ ਹੈ ਜੀ, ਲਗਭਗ ਸਾਰੀਆਂ ਪੋਸਟਾਂ ਦੀਆਂ ਲਿਸਟਾਂ ਇੱਥੇ ਆ ਚੁੱਕੀਆਂ ਨੇ ਅਤੇ ਜਿਨ੍ਹਾਂ ਦੀਆਂ ਨਹੀਂ ਆਈਆਂ ਉਹ ਵੇਟ ਕਰ ਲਓ ਦੋਸਤੋ, ਇੱਕ ਦੋ ਦਿਨ ਦੇ ਵਿੱਚ ਆ ਜਾਣੀਆਂ ਨੇ। ਵੈਸੇ ਤਾਂ ਇਹਨਾਂ ਨੇ ਦੇ ਦਿੱਤਾ। ਅਤੇ ਬਾਕੀ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਜੇਕਰ ਕਿਸੇ ਦੀ ਕੋਈ ਕਰੈਕਸ਼ਨ ਕਰਵਾਉਣ ਵਾਲੀ ਰਹਿੰਦੀ ਹੈ ਇਸ ਪੋਸਟ ਦੇ ਵਿੱਚ, ਤਾਂ ਤੁਸੀਂ 13 ਤੋਂ ਲੈ ਕੇ 17 ਤਰੀਕ ਤੱਕ 3 ਵਜੇ ਤੱਕ ਆਫਿਸ ਦੇ ਵਿੱਚ ਜਾ ਕੇ, ਆਫਿਸ ਆਫ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਜਾਣਾ ਤੁਸੀਂ ਪਟਿਆਲਾ ਜੋ ਸਰਹੰਦ ਰੋਡ 'ਤੇ ਹੈ, ਅਤੇ ਉੱਥੇ ਤੁਸੀਂ ਬਾਏ ਹੈਂਡ ਜਾ ਕੇ ਜੋ ਵੀ ਡਾਕੂਮੈਂਟਸ ਤੁਹਾਡਾ ਘੱਟਦਾ ਵੱਧ ਉੱਥੇ ਜਾ ਕੇ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਅਤੇ ਜ਼ਿਲ੍ਹਾ ਪਰਿਸ਼ਦ ਆਫਿਸ ਦੇ ਵਿੱਚ ਜਾ ਕੇ। ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਲਿਸਟ ਆਈ ਹੈ ਜੀ ਗ੍ਰਾਮ ਰੁਜ਼ਗਾਰ ਸਹਾਇਕ ਦੀ, ਜਿਵੇਂ ਲਿਸਟ ਹੈ ਦੋਸਤੋ ਇਹ, ਤਾਂ ਮੈਂ ਤੁਹਾਨੂੰ ਡੈਮੋ ਇੱਕ ਦਿਖਾ ਰਿਹਾ ਜੀ। ਤਾਂ ਇਹਦੇ ਵਿੱਚ ਦੋਸਤੋ ਇਹਨਾਂ ਨੇ ਮਾਰਕਸ ਦੇ ਅਕੋਰਡਿੰਗ ਲਿਸਟ ਬਣਾਈ ਹੈ। ਇਹ ਮਾਰਕਸ ਕਿਵੇਂ ਕਿਵੇਂ ਕਾਊਂਟ ਕੀਤੇ ਸੀ ਦੋਸਤੋ, ਜਿੱਦਾਂ ਕਿ ਤੁਹਾਡੇ 12th ਮੰਗੀ ਸੀਗੀ, 12ਵੀਂ ਕਲਾਸ ਮੰਗੀ ਸੀਗੀ ਯੋਗਤਾ, ਤਾਂ 12ਵੀਂ ਕਲਾਸ ਦੇ ਹਿਸਾਬ ਨਾਲ ਕਿ ਜਿੰਨੇ ਟੋਟਲ ਮਾਰਕਸ ਨੇ ਉਹਦੀ ਪਰਸੈਂਟੇਜ ਬਣਾਈ ਇਹਨਾਂ ਨੇ ਦੋਸਤੋ। ਜਾਂ ਤਾਂ ਜਿਵੇਂ ਇਹ ਕੈਂਡੀਡੇਟ ਆ ਹਰਵਿੰਦਰ ਗੋਇਲ, ਇਹਨਾਂ ਨੇ ਅਪਲਾਈ ਕੀਤਾ ਗ੍ਰਾਮ ਰੁਜ਼ਗਾਰ ਸਹਾਇਕ ਲਈ, ਅਤੇ ਇਹਨਾਂ ਦੇ 94% ਮਾਰਕਸ ਬਣਦੇ ਆ 12th ਦੇ ਵਿੱਚੋਂ 12ਵੀਂ ਦੇ ਵਿੱਚੋਂ, ਤਾਂ ਇਹਨਾਂ ਦੇ ਦੋਸਤੋ ਉਸ ਹਿਸਾਬ ਨਾਲ ਪਰਸੈਂਟੇਜ ਬਣੀ ਆ ਡਾਇਰੈਕਟ। ਤਾਂ 50 ਨੰਬਰਾਂ ਦੇ ਵਿੱਚੋਂ ਇਹਨਾਂ ਦੇ ਆਏ ਨੇ 47.22, ਤਾਂ ਦੋਸਤੋ 94.44 ਨੂੰ 50% ਦੇ ਹਿਸਾਬ ਨਾਲ ਇਹਨਾਂ ਨੇ ਕੱਢ ਕੇ ਕੈਲਕੂਲੇਟ ਕਰਕੇ 47. ਨੰਬਰ ਬਣੇ ਇਹਨਾਂ ਦੇ 50 ਦੇ ਵਿੱਚੋਂ। ਠੀਕ ਹੈ ਜੀ, ਹੁਣ ਇਹਦਾ 50 ਨੰਬਰ ਦਾ ਇਹ ਹੋ ਗਿਆ, ਅਤੇ ਬਾਕੀ ਜਿਹੜੇ ਮਾਰਕਸ ਰਹਿ ਗਏ ਤਾਂ ਉਹ 50 ਨੰਬਰ ਦਾ ਰਿਟਨ ਟੈਸਟ ਹੋਣਾ, ਅਤੇ ਟੋਟਲ ਮੈਰਿਟ ਆ ਜਿਹੜੀ ਤੁਹਾਡੀ 100 ਨੰਬਰ ਦੇ ਵਿੱਚੋਂ ਬਣਨੀ ਹੈ। ਠੀਕ ਹੈ ਜੀ, ਤਾਂ ਜਿਹੜੇ ਜਿਹੜੇ ਕੈਂਡੀਡੇਟਸ ਉੱਪਰ ਹੈਗੇ ਆ ਲਿਸਟ ਦੇ ਵਿੱਚ, ਉਹ ਸਮਝੋ ਇੱਕ ਤਰ੍ਹਾਂ ਸਿਲੈਕਟ ਹੋ ਚੁੱਕੇ ਹੋ ਤੁਸੀਂ। ਠੀਕ ਹੈ ਜੀ, ਤੁਹਾਡੇ ਮਾਰਕਸ ਦੇ ਹਿਸਾਬ ਨਾਲ, ਅਤੇ ਬਾਕੀ ਹੁਣ ਤੁਸੀਂ ਜਿਹੜਾ ਕਮਾਲ ਹੈ ਉਹ ਰਿਟਨ ਟੈਸਟ ਦੇ ਵਿੱਚ ਦਿਖਾਉਣਾ। ਤਾਂ ਇਹ ਗੱਲ ਨਹੀਂ ਹੈਗੀ ਕਿ ਜਿਹੜੇ ਨੀਚੇ ਵਾਲੇ ਕੈਂਡੀਡੇਟਸ ਉਹਨਾਂ ਨੇ ਕੁਛ ਨਹੀਂ ਕਰਨਾ, ਤਾਂ ਹੋ ਸਕਦਾ ਦੋਸਤੋ ਇਹ ਵੀ ਹੋ ਜਾਏ ਕਿ ਜਿਹੜੇ ਉੱਪਰ ਵਾਲੇ ਕੈਂਡੀਡੇਟਸ ਨੇ ਉਹਨਾਂ ਦਾ ਟੈਸਟ ਵਧੀਆ ਨਾ ਹੋਵੇ, ਤੁਹਾਡਾ ਟੈਸਟ ਅੱਛਾ ਹੋ ਜਾਏ, ਤੁਹਾਡੇ ਟੈਸਟ ਦੇ ਵਿੱਚ ਅੱਛੇ ਮਾਰਕਸ ਆ ਜਾਣ, ਤਾਂ ਤੁਸੀਂ ਇਹਨਾਂ ਨੂੰ ਪਿੱਛੇ ਛੱਡ ਦਿਓ ਜਿਹੜੇ ਉੱਪਰ ਵਾਲੇ ਨੇ। ਤਾਂ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਕਿ ਇੱਕ ਸਾਡਾ ਕੈਂਡੀਡੇਟ ਸੀਗਾ ਸਾਡੇ ਥਰੂ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ, ਕਾਫੀ ਅੱਛੀ ਕੈਂਡੀਡੇਟ ਹੈ ਸਾਕਸ਼ੀ ਸਚਦੇਵਾ, ਇਹਨਾਂ ਦਾ 10th ਰੈਂਕ ਬਣਦਾ ਜੀ। ਤਾਂ ਇਹਨਾਂ ਦੇ ਮਾਰਕਸ 90% ਸੀਗੇ 12th ਦੇ ਵਿੱਚੋਂ, ਤਾਂ ਇਹਨਾਂ ਦੇ 45 ਮਾਰਕਸ ਬਣਦੇ ਆ ਜੀ 50 ਦੇ ਵਿੱਚੋਂ, ਅਤੇ ਗੁੱਡ ਲੱਕ ਸਾਕਸ਼ੀ ਸਚਦੇਵਾ ਜੀ ਨੂੰ। ਅਤੇ ਹੋਰ ਵੀ ਕੈਂਡੀਡੇਟਸ ਕਾਫੀ ਨੇ ਜਿਨ੍ਹਾਂ ਨੇ ਸਾਡੇ ਥਰੂ ਅਪਲਾਈ ਕਰਵਾਇਆ ਸੀ, ਤੁਸੀਂ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਹੋ ਦੋਸਤੋ। ਅਤੇ ਕੁਛ ਕੈਂਡੀਡੇਟ ਜਿਨ੍ਹਾਂ ਦੇ ਰਿਮਾਰਕਸ ਦਿੱਤੇ ਹੋਏ ਇਹਨਾਂ ਨੇ, ਜਿੱਦਾਂ ਇਹ ਕੈਂਡੀਡੇਟ ਆ ਕਾਸਟ ਸਰਟੀਫਿਕੇਟ ਨੋਟ ਅਟੈਚਡ, ਤਾਂ ਤੁਹਾਡਾ ਜਿਵੇਂ ਕਾਸਟ ਸਰਟੀਫਿਕੇਟ ਅਟੈਚ ਨਹੀਂ ਹੈਗਾ, ਤੁਸੀਂ ਜਾ ਕੇ 13 ਤੋਂ 17 ਤਰੀਕ ਤੱਕ ਜ਼ਿਲ੍ਹਾ ਪਰਿਸ਼ਦ ਦਫ਼ਤਰ ਪਟਿਆਲਾ ਸਰਹੰਦ ਰੋਡ 'ਤੇ ਜਾ ਕੇ ਉੱਥੇ ਆਪਣਾ ਕਾਸਟ ਸਰਟੀਫਿਕੇਟ ਆ ਜਿਹੜਾ ਜਮ੍ਹਾਂ ਕਰਵਾ ਕੇ ਉਹਦੀ ਫੋਟੋ ਕਾਪੀ ਉੱਥੇ ਟੈਸਟ ਕਰਕੇ ਦੇ ਕੇ ਆਓ। ਠੀਕ ਹੈ ਜੀ, ਅਤੇ ਬਾਕੀ ਆਪਣੇ ਚੈੱਕ ਕਰ ਲਓ ਕਿਹਦੇ ਕਿਹਦੇ ਮਾਰਕਸ ਰਹਿੰਦੇ ਆ, ਅਤੇ ਆਪਣਾ ਨਾਮ ਚੈੱਕ ਕਰ ਲਓ ਦੋਸਤੋ। ਬਹੁਤ ਹੀ ਜਲਦ ਰਿਟਨ ਟੈਸਟ ਦੀ ਡੇਟ ਵੀ ਆਉਣ ਵਾਲੀ, ਆਊਟ ਹੋਣ ਵਾਲੀ ਹੈ, ਅਤੇ ਤੁਸੀਂ ਚੈੱਕ ਕਰਦੇ ਰਹਿਣਾ ਦੋਸਤੋ, ਸਾਡੇ ਨਾਲ ਬਣੇ ਰਹਿਣਾ। ਅਤੇ ਆਪਣਾ DD ਵੀ ਚੈੱਕ ਕਰ ਸਕਦੇ ਹੋ ਇੱਥੇ ਦੋਸਤੋ, ਜਿਨ੍ਹਾਂ ਜਿਨ੍ਹਾਂ ਦਾ DD ਬਣਿਆ ਸੀ, ਕਿੰਨੇ ਰੁਪਏ ਦਾ ਬਣਿਆ ਸੀ, DD ਨੰਬਰ ਸਾਰਾ ਕੁਝ ਦਿੱਤਾ ਹੋਇਆ, ਡਿਟੇਲ ਸਾਰੀ ਦਿੱਤੀ ਹੈ ਦੋਸਤੋ। ਅਤੇ ਬਾਕੀ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਦੋਸਤੋ। ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਕਿ ਇਹਦਾ ਸਟੱਡੀ ਮਟੀਰੀਅਲ ਇਹਦੇ ਰਿਟਨ ਟੈਸਟ ਦੇ ਲਈ ਅਸੀਂ ਤਿਆਰ ਕੀਤਾ ਸੀਗਾ, ਅਤੇ ਅਸੀਂ ਆਲਰੇਡੀ ਇਹਦੀ ਵੀਡੀਓ ਪਾਈ ਹੋਈ ਆ ਉੱਪਰ, ਆਈ ਬਟਨ ਦੇ ਵਿੱਚ ਲਿੰਕ ਹੈਗਾ, ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਹੈਗਾ ਵੀਡੀਓ ਦਾ, ਉਸ ਵੀਡੀਓ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਗੇ ਸਟੱਡੀ ਮਟੀਰੀਅਲ ਡਾਊਨਲੋਡ ਕਰਨ ਦੇ। ਜਾਂ ਸਾਡੇ ਨਾਲ ਡਾਇਰੈਕਟ ਤੁਸੀਂ ਵਟਸਐਪ 'ਤੇ ਸੰਪਰਕ ਕਰ ਸਕਦੇ ਹੋ, 9908867264 ਨੰਬਰ ਹੈ ਜੀ। ਅਤੇ ਬਾਕੀ ਜਾਣਕਾਰੀ ਸਾਡੇ ਨਾਲ ਜੁੜੇ ਰਹੋ ਦੋਸਤੋ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।